ਸੰਜੂ ਮੈਨੂੰ ਵਾਸੂ ਪੰਕੂ 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 ਆ ਗਿਆ ਪੰਕੂ ਆ ਗਿਆ ਕੋਟਲੀ ਗਾਜਰਾਂ ਦੀ ਧਰਤੀ ਦਾ ਜਿਹਨੇ ਦੂਸਰੇ ਪ੍ਰਤੀ ਸ਼ੁਰੂਆਤ ਕਰਨੀ ਹੈ ਹੁਣ ਆ ਸ਼ੀਆਂ ਵਾਲਾਂ ਦੇ ਸਾਰਾ ਮੈਚ ਹੈ ਪੰਕੂ ਐਨ ਕਿਤੇ ਜਾਂ ਤੂੰ ਹੈ ਨੀ ਜਾਂ ਕੀਤਾ ਹੈ ਨੀ ਜਾਂ ਆਪਣਾ ਹੈ ਨੀ ਇੱਕ ਗੱਲ ਕਰਨੀ ਪੈਣੀ ਹੈ ਹੁਣ ਆ ਸ਼ੀਆਂ ਵਾਲਿਆਂ ਨੇ ਫੈਸਲਾ ਕਰਨਾ ਹੈ ਕੋਟਲੀ ਗਾਜਰਾਂ ਕਿੱਧਰ ਨੂੰ ਜਾਂਦੀ ਹੈ ਪਹਿਲੀ ਬਾਲ ਟਿਕਾਣੇ ਦੀ ਹੈ ਸੋਹਣਿਆਂ ਨੇ ਦਿਲੋਂ ਨੇ ਉਂਗਲ ਖੜੀ ਕੀਤੀ ਹੈ ਇਹ ਖਿਡਾਰੀ ਆਊਟ ਹੈ ਕਹਿੰਦੀ ਖਿਡਾਰੀ ਜਿਹੜਾ ਆਊਟ ਹੋ ਕੇ ਵਾਪਸ ਹੈ ਮੇਰੇ ਮਿੱਤਰੋ ਚੁੱਕੀ ਦਾ ਮੈਚ ਕਿਤੇ ਜਾ ਰਿਹਾ ਹੈ ਰਨ ਦਾ ਟਾਰਗੇਟ ਹੈ ਕੋਟਲੀ ਵਾਲਿਆਂ ਨੇ ਪਹਾੜ ਬਣਾ ਕੇ ਰੱਖਦਾ ਹੈ ਪਹਾੜ ਬਣਾ ਕੇ ਰੱਖਦਾ ਮੇਰੇ ਮਿੱਤਰੋ ਪਰ ਸਾਹਮਣੇ ਗੁਰੂ ਦਾ ਖਾਲਸਾ ਖੜਾ ਹੋਇਆ ਮੇਰੇ ਮਿੱਤਰੋ ਇਹ ਕੁਝ ਕਰੂਗਾ ਜ਼ਰੂਰ ਪਰ ਸਾਹਮਣੇ ਪੱਕੂ ਦੀ ਬਾਲ ਹੁਣ 16 ਬਾਲਾਂ 27 ਬਾਕੀ ਹੈ ਮੰਮਾ ਬੈਠਾ ਕਹਿੰਦੇ ਸਪੀਡ ਦੇ ਵਿੱਚ ਐਨ ਕਿਤੇ ਨਾਲ 5-7 ਬੀਮਾ ਬਿਠਾਈ ਬੈਠਾ ਪੈਗ ਚੱਲ ਰਿਹਾ 42 ਇੰਚ ਦੀ ਐਲਈਡੀ ਲੱਗੀ ਹੋਈ ਹੈ ਗੋਲੀਆਂ ਬੀਮਾ ਨੂੰ ਕਹਿੰਦਾ ਦੇਖੋ ਸਾਡੇ ਪਿੰਡ ਵਾਲਿਆਂ ਨੇ ਕਹਿੰਦੇ ਮੇਲਾ ਲਾਇਆ ਬਾਬਾ ਕਹਿੰਦੇ ਸਪੀਡ ਦੇ ਵਿੱਚ ਬੈਠਾ ਹੈ ਉਸ ਵੀਰ ਦਾ ਵੀ ਧੰਨਵਾਦ ਹੈ 15 ਦੇ ਵਿੱਚ 23 ਬਾਕੀ ਹੈ 15 ਬਾਲਾਂ ਦੇ ਵਿੱਚ ਰਨ ਜਿਹੜੇ ਆਏ ਨੇ ਕਹਿੰਦੇ ਜਿਹੜੇ 23 ਬਾਕੀ ਹੈ ਇੱਕ ਪਾਸੇ ਮਨਜਿੰਦਰ ਤੇ ਦੂਜੇ ਪਾਸੇ ਕਹਿੰਦੇ ਗੀਤਾ ਤੇ ਬਾਲਾ ਕਹਿੰਦੇ ਪੰਕੂ ਪਾ ਰਿਹਾ ਪੰਕੂ ਪੰਕੂ ਬਾਲਾ ਪਾ ਰਿਹਾ ਹੈ ਲਓ ਪੰਕੂ ਬਾਲਾ ਪਾ ਰਿਹਾ ਹੈ ਪਰ ਉਧਰਲੇ ਪਾਸੇ ਕੁਰਲੀ ਵਾਲਿਓ ਤੁਹਾਨੂੰ ਪਹਿਲਾਂ ਦੱਸਿਆ 14 ਬਾਲਾਂ 17 ਭਾਜੀ ਸਹੀ ਚੱਲੀ ਜਾਂਦਾ ਫਿਰ ਦੂਜੇ ਮੂਹਰੇ ਚ ਲਾਇਆ ਲਾਈਵ ਰਨ ਜਿਹੜੇ ਸਹੀ ਚੱਲੀ ਜਾਂਦਾ ਬਾਕੀ ਆ ਪੰਗੂ ਪਹਿਲਿਆਂ 2 ਤਗੜੀ ਆਉ ਲਾਈਵ ਦੱਸੀ ਕਿਵੇਂ ਜਾਂਦਾ ਉਹ ਲਾਸਟ ਬਾਲਾਂ ਦੇ ਚੌਕਾ ਦੇ ਸ਼ੱਕਾ ਆ ਗਿਆ ਪਰ ਮੈਂ ਜਦੇ ਵੀ ਕਹਿੰਦੇ ਆ ਰੋਮਾਂਚਕ ਸਿੱਧੀ ਦੇ ਆ ਆ 2 ਬਾਲਾਂ ਦੇ ਫੈਸਲਾ ਹੈ ਪਰ ਕਹਿੰਦੇ ਆ ਨਾ ਫੈਸਲਾ ਕੀਤਾ ਹੈ ਕਿ ਬੁੱਲਾ ਬੱਗੇ ਬਣਦਾ ਹੈ ਆ ਮੁੰਡਾ ਕਹਿੰਦੇ ਆ ਨਾ ਵਧੀਆ ਫੈਸਲੇ ਕਰਦਾ ਹੈ ਐਨ ਸਾਰਗ ਬਾਲ ਦਾ ਦੁੱਲਾ ਹੈ ਜਿਹਨੇ ਵਾਈਡ ਬਾਲ ਦੇ ਫੈਸਲੇ ਕੀਤੇ ਹੈ 14 ਬਾਲਾਂ ਦੇ ਵਿੱਚ 16 ਬਾਕੀ ਹੈ ਹੁਣ 13 ਬਾਲਾਂ ਦੇ ਵਿੱਚ ਰਹਿ ਗਈ 15 ਰਹਿ ਗਈ 15 ਹੁਣ 14 ਰਹਿ ਗਏ ਹੈ 13 ਬਾਲਾਂ ਦੇ ਵਿੱਚ 14 ਰਹਿ ਗਏ ਹੈ ਮੇਰੇ ਮਿੱਤਰੋ ਬਾਲਾ 13 ਰਨ 14 ਮੇਰੇ ਮਿੱਤਰੋ ਸਾਹਮਣੇ ਕਹਿੰਦੇ ਮੁੰਡਾ ਸਿੱਧਣਾ ਵਾਲਾ ਤਿਆਰ ਵਰ ਤਿਆਰ ਬਾਲ ਹਵਾ ਦੇ ਵਿੱਚ ਹੈ ਆ ਗਿਆ ਐਨ ਮੇਰੇ ਵੀਰੋ ਆ ਕਹਿੰਦੇ ਮੈਂ ਦੱਸਾਂ ਇਹਨੂੰ ਘੱਟ ਸੁਣਦਾ ਇੱਕ ਗੱਲ ਤਾਂ ਮੁੰਡਿਆਂ ਨੇ ਦੱਸਿਆ ਇਸ ਤੋਂ ਕਹਿੰਦੇ ਘੱਟ